ਅਲੀ ਯੂਨੀਵਰਸਿਟੀ ਦੇ ਸਲਾਨਾ ਸਮਾਰੋਹ ਦੇ ਵਿਚ ਵਿਦਿਆਰਥੀਆਂ ਨੇ ਪੰਜਾਬੀ ਗਾਇਕ ਮਨਕੀਰ ਔਤਿਓਲਕ ਨਾਲ ਬਦਸਲੂਕੀ ਕੀਤੀ। ਜ਼ਿਕਰਯੋਗ ਹੈ ਕਿ ਕੁਝ ਵਿਦਿਆਰਥੀਆਂ ਨੇ ਨਸ਼ੇ ਦੀ ਹਾਲਤ ਵਿਚ ਕਾਲਜ ਚ ਤੋੜਫੋੜ ਵੀ ਕੀਤੀ ਹੈ। ਅਲੀ ਯੂਨੀਵਰਸਿਟੀ ਦੇ ਵਿਚ ਚੱਲ ਰਹੇ ਸਮਾਗਮ ਦੇ ਵਿਚ ਹੁੜਦੰਗ ਮਚਾ ਰਹੇ ਬੱਚਿਆਂ ਨੇ ਪਹਿਲਾਂ ਤਾਂ ਮਨਕੀਰ ਦੇ ਗਾਣਿਆਂ ਦਾ ਖੂਬ ਆਨੰਦ ਲੈਂਦੇ ਹੋਏ ਮਨੋਰੰਜਨ ਕੀਤਾ ਅਤੇ ਇਸ ਸਮਾਗਮ ਦੇ ਵਿਚ ਕੁਝ ਵਿਦਿਆਰਥੀ ਨਸ਼ੇ ਦੀ ਹਾਲਤ ਵਿਚ ਯੂਨੀਵਰਸਿਟੀ ਤੋੜਫੋੜ ਵੀ ਕਰਨ ਲੱਗੇ ਅਤੇ ਗਾਇਕ ਨੂੰ ਉੱਚਾ ਨੀਵਾਂ ਵੀ ਬੋਲਦੇ ਹੋਏ ਨਜ਼ਰ ਆਏ। ਉਸੇ ਵੇਲੇ ਵਿਦਿਆਰਥੀਆਂ ਨੂੰ ਹੁੜਦੰਗ ਮਚਾਉਂਦੇ ਵੇਖ ਗਾਇਕ ਸਟੇਜ ਛੱਡ ਕੇ ਜਾਣ ਲੱਗਾ ਤਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਗੇਟ ਅੰਦਰੋਂ ਬੰਦ ਕਰਕੇ ਗੱਡੀ ਨੂੰ ਘੇਰ ਲਿਆ ਜਿਸ ਵਿਚ ਉਸਦੀ ਇਕ ਨਾ ਸੁਣਦੇ ਹੋਏ ਉਨ੍ਹਾਂ ਨੂੰ ਅਪਮਾਨਿਤ ਕਰਦੇ ਹੋਏ ਹੁੜਦੰਗ ਮਚਾਇਆ। ਵਾਪਸੀ ਸਟੇਜ ਤੇ ਜਾਣ ਦੀ ਵਿਧ ਨੂੰ ਲੈ ਕੇ ਗੱਡੀ ਨੂੰ ਘੇਰ ਕੇ ਘੰਟਿਆਂ ਖੜੀ ਰਹੀ ਅਤੇ ਬਾਅਦ ਵਿਚ ਯੂਨੀਵਰਸਿਟੀ ਦੀ ਮੈਨੇਜਮੈਂਟ ਵੀ ਬੱਚਿਆਂ ਦਾ ਸਾਥ ਦਿੰਦੀ ਹੋਈ ਨਜ਼ਰ ਆਈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਅੱਜ ਕੱਲ੍ਹ ਵਿਦਿਆਰਥੀਆਂ ਦੀ ਯੂਨੀਵਰਸਿਟੀ ਤੋਂ ਹੀ ਛੁੱਟ ਹੋਣ ਕਾਰਨ ਅਜਿਹੇ ਕਾਰਨਾਮੇ ਵੇਖਣ ਨੂੰ ਮਿਲਦੇ ਨੇ ਅਤੇ ਇਸ ਨਾਲ ਗਾਇਕਾਂ ਅਤੇ ਕਿਸੇ ਵੀ ਕਲਾਕਾਰ ਨੂੰ ਠੇਸ ਪਹੁੰਚਦੀ ਹੈ। ਪਠਾਨਕੋਟ ਤੋਂ ਅਸ਼ੋਕ ਨਾਲ ਅਜੇ ਸੈਨੀ ਦੀ ਰਿਪੋਰਟ, ਚੈਨਲ 2।